ਸਤਿ ਸ਼੍ਰੀ ਅਕਾਲ ਜੀ, ਮੈਂ ਰਾਣਾ ਹੋਸਪਿਟਲ ਤੋਂ ਨਰਸਿੰਗ ਸਟਾਫ ਪੂਜਾ ਬੋਲ ਰਹੀ ਹਾਂ। ਠੀਕ ਹੈ, ਮੈਂ ਤੁਹਾਨੂੰ ਕਰੋਨਾ ਵਾਇਰਸ ਬਾਰੇ ਦੱਸਣਾ ਚਾਹੁੰਦੀ ਹਾਂ। ਕਰੋਨਾ ਵਾਇਰਸ ਇੱਕ ਬਹੁਤ ਖਤਰਨਾਕ ਵਾਇਰਸ ਹੈ। ਇਸ ਦੇ ਵਾਸਤੇ ਸਾਡੇ ਲਈ ਮੋਦੀ ਜੀ ਨੇ ਲੋਕਡਾਊਨ ਕੀਤਾ ਹੈ, ਅਤੇ ਇਸ ਲੋਕਡਾਊਨ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਠੀਕ ਹੈ ਨਾ, ਲੋਕਡਾਊਨ ਇਸ ਲਈ ਕੀਤਾ ਹੈ ਕਿ ਅਸੀਂ ਆਪਣੇ ਘਰਾਂ 'ਚ ਰਹੀਏ ਅਤੇ ਆਪਣਾ ਬਚਾਅ ਕਰ ਸਕੀਏ। ਪਰ ਲੋਕ ਜਿੱਥੇ ਦੇਖਦੇ ਆ ਉੱਥੇ ਹੀ ਖੜ੍ਹੇ ਹੋ ਜਾਂਦੇ ਨੇ, ਇਸ ਦਾ ਕੋਈ ਪਾਲਣਾ ਨਹੀਂ ਕਰ ਰਿਹਾ। ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਆਪਣੇ ਹੀ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈ। ਠੀਕ ਹੈ, ਬਾਹਰ ਨਹੀਂ ਨਿਕਲਣਾ ਚਾਹੀਦਾ, ਆਪਣੇ ਬੱਚਿਆਂ ਦਾ ਬਚਾਅ ਕਰਨਾ ਚਾਹੀਦਾ ਹੈ, ਆਪਣੇ ਫੈਮਿਲੀ ਦਾ ਬਚਾਅ ਕਰਨਾ ਚਾਹੀਦਾ ਹੈ। ਠੀਕ ਹੈ, ਜੇ ਸਾਨੂੰ ਜ਼ਰੂਰਤ ਹੈ ਤਾਂ ਹੀ ਸਾਨੂੰ ਬਾਹਰ ਜਾਣਾ ਚਾਹੀਦਾ ਹੈ। ਅਸੀਂ ਤਾਂ ਨਰਸਿੰਗ ਸਟਾਫ ਹੈ, ਅਸੀਂ ਤਾਂ ਲੋਕਾਂ ਦੀ ਭਲਾਈ ਵਾਸਤੇ ਬਾਹਰ ਆਉਣਾ ਹੀ ਹੁੰਦਾ ਹੈ। ਠੀਕ ਹੈ, ਅਤੇ ਮੈਂ ਚਾਹੁੰਦੀ ਹਾਂ ਕਿ ਵੀ ਕਿਰਪਾ ਕਰਕੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਹੀ ਰਹੋ। ਠੀਕ ਹੈ, ਲੋਕਡਾਊਨ ਦਾ ਗਲਤ ਫਾਇਦਾ ਨਹੀਂ ਉਠਾਉਣਾ ਚਾਹੀਦਾ ਹੈ। ਆਪਣੇ ਹੀ ਘਰਾਂ ਦੇ ਵਿੱਚ ਰਹੋ ਅਤੇ ਆਪਣੀ ਫੈਮਿਲੀ ਨੂੰ ਵੀ ਸੇਫ ਰੱਖੋ ਤੁਸੀਂ। ਧੰਨਵਾਦ ਜੀ।